ਵੀ ਸ਼ਾਇਦ ਇਸ ਵਾਰ ਚਾਰਜ ਫਰੇਮ ਹੋ ਜਾਣਗੇ, ਪਰੰਤੂ ਦੋਸ਼ੀਆਂ ਦੇ ਵਕੀਲ ਸਾਹਿਬ ਨੇ ਕੁਛ ਅੜਿੱਕਾ ਇੱਦਾਂ ਦਾ ਲਾਇਆ ਵੀ ਸਾਡੇ ਕੋਲ ਤੁਹਾਡੀ ਜਿਹੜੀ ਪੈਨ ਡਰਾਈਵ ਵਗੈਰਾ ਹੈ ਨਹੀਂ, ਇਹਨਾਂ ਨੂੰ ਇਕੱਠਾ ਕਰਨਾ, ਫਿਰ ਇਹਨਾਂ ਦਾ ਪੂਰਾ ਡਾਕੂਮੈਂਟੇਸ਼ਨ ਸਾਰੀ ਕਰਨੀ, ਉਹਦੇ 'ਚ ਬਹੁਤ ਟਾਈਮ ਲੱਗਦਾ ਬਹੁਤ ਜ਼ਿਆਦਾ। ਤਾਂ ਅੱਗੇ ਜੀ ਸੈਕਸ਼ਨ 12 ਨੂੰ ਲੈ ਕੇ ਬੜੇ ਸਵਾਲ ਖੜ੍ਹੇ ਹੋਏ ਆ ਵੀ ਕੀ ਸੈਕਸ਼ਨ 12 ਯੂਜ਼ ਕੀਤਾ ਜਿਹੜਾ ਸਿੱਧੂ ਮੂਸੇਵਾਲੇ? ਬੇਟਾ ਮੈਨੂੰ ਮੈਂ ਵੀ ਨਾ ਪੂਰਾ ਗਾਣਾ ਨਹੀਂ ਸੁਣਿਆ ਹਾਲੇ ਤੱਕ। ਵਾਰੀ ਦੇ ਆਦੇਸ਼ਾਂ ਤੋਂ ਬਾਅਦ ਮੈਨੂੰ ਐਤਕੀ ਕਾਫੀ ਉਮੀਦ ਸੀਗੀ ਵੀ ਸ਼ਾਇਦ ਇਸ ਵਾਰ ਚਾਰਜ ਫਰੇਮ ਹੋ ਜਾਣਗੇ, ਪਰੰਤੂ ਦੋਸ਼ੀਆਂ ਦੇ ਵਕੀਲ ਸਾਹਿਬ ਨੇ ਕੁਛ ਅੜਿੱਕਾ ਇੱਦਾਂ ਦਾ ਲਾਇਆ ਵੀ ਸਾਡੇ ਕੋਲ ਤੁਹਾਡੀ ਜਿਹੜੀ ਪੈਨ ਡਰਾਈਵ ਵਗੈਰਾ ਹੈ ਨਹੀਂ ਕੇਸ ਦੀ, ਤਾਂ ਉਹ ਸਾਨੂੰ ਮੁਹੱਈਆ ਕਰਵਾਈ ਜਾਵੇ, ਤਾਂ ਅਦਾਲਤ ਨੇ ਉਹਨਾਂ ਨੂੰ ਮੌਕੇ 'ਤੇ ਦੇ ਦਿੱਤੀ ਹੈ। ਤਾਂ ਇੱਕ ਜਾਣੀ ਐਕਸਕਿਊਜ਼ ਹੀ ਕਹਿ ਸਕਦੇ ਆਪਾਂ, ਹੈ ਨਾ, ਲਮਕਾਉਣ ਦਾ ਕੋਈ ਨਾ ਕੋਈ ਬਹਾਨਾ ਤਾਂ ਮਿਲ ਹੀ ਜਾਂਦਾ। ਵੈਸੇ ਜੇ ਉਹਨੇ ਲੈਣੀ ਹੁੰਦੀ ਤਾਂ ਉਹ ਖੁਦ ਵੀ ਪਹਿਲਾਂ ਲੈ ਸਕਦੇ ਸੀਗੇ, ਅਪਲਾਈ ਕਰਕੇ ਵੀ ਲੈ ਸਕਦੇ ਜਿਹਨੇ ਤਿਆਰੀ ਕਰਨੀ ਹੁੰਦੀ ਹੈ ਬਹਿਸ ਦੀ। ਤਾਂ ਪਤਾ ਤਾਂ ਸਾਰਿਆਂ ਨੂੰ ਹੁੰਦਾ ਹੀ ਹੈ, ਪਰੰਤੂ ਚਲੋ ਜੋ ਚੀਜ਼ ਦਾ ਕਾਨੂੰਨ ਦਾ ਫਾਇਦਾ ਚੱਕਦੇ ਨੇ, ਹੈ ਨਾ, ਜਿੱਥੇ ਕਿਤੇ ਕੋਈ ਢਿੱਲ ਹੁੰਦੀ ਹੈ, ਤਾਂ ਉਹਨਾਂ ਨੇ ਵੀ ਇਸ ਦਾ ਬਖੂਬੀ ਹੋਰ ਆਪਾਂ ਨੂੰ 15 ਦਿਨ ਇੰਤਜ਼ਾਰ ਕਰਨ ਵਾਸਤੇ ਦਵਾਤੇ ਆ। ਕੋਰਟ ਨੇ 30 ਤਰੀਕ ਤੱਕ ਉਹਨਾਂ ਨੂੰ ਕਿਹਾ, 10 ਦੋਸ਼ੀਆਂ ਦਾ ਇੱਕੋ ਹੀ ਜੋ ਵਕੀਲ ਪੇਸ਼ ਹੋਇਆ ਸੀਗਾ, ਤਾਂ ਬਾਕੀਆਂ ਦੇ ਵੀ ਵਕਾਲਤਨਾਮੇ ਵਗੈਰਾ ਉਹ ਕਹਿੰਦਾ ਅਸੀਂ ਦੇ ਦਿਆਂਗੇ, ਸਭ ਕੁਛ ਹੋ ਜਾਏਗਾ। ਜੱਜ ਸਾਹਿਬ ਨੇ ਕਹਿ ਦਿੱਤਾ ਵੀ 30 ਤਰੀਕ ਤੱਕ ਤੁਸੀਂ ਬਹਿਸ ਕਰੋ, 30 ਨਵੰਬਰ ਅਗਲੀ ਪੇਸ਼ੀ ਪਾ ਦਿੱਤੀ ਗਈ ਹੈ। ਅੱਗੇ ਜੀ ਪਿਛਲੇ ਵਾਰ ਵੀ ਭਰੋਸਾ ਦਵਾਇਆ ਗਿਆ ਸੀ ਕਿ ਅਗਲੇ ਵਾਰ ਸਾਰਿਆਂ ਨੂੰ ਪੇਸ਼ ਕੀਤਾ ਜਾਊਗਾ, ਪਰ ਇਸ ਵਾਰ ਵੀ ਉਹੀ ਜਿਹੜੀ ਉਮੀਦ ਲਟਕ ਗਈ। ਬੇਟਾ ਇਹ ਬਹੁਤ ਗੁੰਝਲਦਾਰ ਕੰਮ ਹੈ, ਹੈ ਨਾ, ਇੱਕ ਤਾਂ ਦੋਸ਼ੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈਗੀ ਹੈ, ਤਾਂ ਇੱਕ ਉਹਨਾਂ ਦਾ ਰਿਕਾਰਡ, ਹੈ ਨਾ, ਅੱਜ ਉਹਦੀ ਬਠਿੰਡਾ ਜੇਲ੍ਹ ਹੈ, ਪਰਸੋਂ ਚੱਕ ਕੇ ਉਹਨੂੰ ਕਿਤੇ ਗੋਇੰਦਵਾਲ ਭੇਜ ਦਿੰਦੇ ਆ, ਫਿਰ ਉੱਥੋਂ ਦਾ ਇਹਨਾਂ ਨੂੰ ਇਕੱਠਾ ਕਰਨਾ, ਫਿਰ ਇਹਨਾਂ ਦਾ ਪੂਰਾ ਡਾਕੂਮੈਂਟੇਸ਼ਨ ਸਾਰੀ ਕਰਨੀ, ਉਹਦੇ 'ਚ ਬਹੁਤ ਟਾਈਮ ਲੱਗਦਾ ਬਹੁਤ ਜ਼ਿਆਦਾ। ਤਾਂ ਪਰ ਉਹ ਜਾਂ ਤਾਂ ਸਿਸਟਮ ਹੀ ਸਾਡਾ ਮਤਲਬ ਇਸ ਤਰ੍ਹਾਂ ਦਾ ਵੀ ਇਹਨੂੰ ਆਪਾਂ ਕੀ ਕਰੀਏ, ਹੈ ਨਾ, ਵੀ ਇਹਦੇ ਵਿੱਚ ਤੇਜ਼ੀ ਲਿਆਉਂਦੀ ਜਾਵੇ। ਖੈਰ ਅਦਾਲਤ ਵੱਲੋਂ ਤਾਂ ਫਿਰ ਵੀ ਤਰੀਕ 14 ਦਿਨ ਤੋਂ ਵੱਧ ਕੋਈ ਲੰਬੀ ਪਾਈ ਨਹੀਂ ਜਾ ਰਹੀ, ਜਾਂ ਕੋਈ ਮਹੀਨਾ ਵੱਧੀ ਦਾ ਕੋਈ ਇੰਨਾ ਤਾਂ ਹੈ ਨਹੀਂ ਗਾ, ਪਰੰਤੂ ਫਿਰ ਵੀ ਸਮਾਂ ਲੱਗ ਰਿਹਾ। ਅੱਗੇ ਜੀ ਸੈਕਸ਼ਨ 12 ਨੂੰ ਲੈ ਕੇ ਬੜੇ ਸਵਾਲ ਖੜ੍ਹੇ ਹੋਏ ਆ ਵੀ ਕੀ ਸੈਕਸ਼ਨ 12 ਯੂਜ਼ ਕੀਤਾ ਜਿਹੜਾ ਸਿੱਧੂ ਮੂਸੇਵਾਲੇ? ਬੇਟਾ ਮੈਨੂੰ ਮੈਂ ਵੀ ਨਾ ਪੂਰਾ ਗਾਣਾ ਨਹੀਂ ਸੁਣਿਆ ਹਾਲੇ ਤੱਕ, ਕਿਉਂਕਿ ਮੈਂ ਥੋੜ੍ਹਾ ਜਿਹਾ ਘਰੇਲੂ ਉਲਝਣ 'ਚ ਚੱਲਦਾ ਰਿਹਾ ਨਾ, ਮੈਂ ਗਾਣੇ ਦੇ ਨਾ ਬਰੀਕੀ ਨਾਲ ਵੀ ਉਹਦੇ ਬਾਰੇ ਮੈਨੂੰ ਨਹੀਂ ਪਤਾ ਹਾਲੇ, ਮੈਂ ਤਸੱਲੀ ਨਾਲ ਥੋੜ੍ਹਾ ਦੇਖ ਕੇ ਅਗਲੀ ਵਾਰ ਤੁਹਾਨੂੰ ਦੇ ਦੂੰਗਾ ਜਵਾਬ ਉਹਦੇ ਬਾਰੇ। ਠੀਕ ਬਾਈ, ਇੱਕ ਜਿਹੜੇ ਤੁਸੀਂ ਨਾਮ ਦਿੱਤੇ ਸੀ ਇਨਵੈਸਟੀਗੇਸ਼ਨ ਵਾਸਤੇ, ਪੁਲਿਸ ਨੇ ਕੋਈ ਉਹਨਾਂ 'ਤੇ ਗੌਰ ਕਰੀ? ਕਿਉਂਕਿ ਹੁਣ ਤਾਂ ਸਾਰਿਆਂ ਦੇ ਚਲਾਨ ਵੀ ਪੇਸ਼ ਹੋ ਚੁੱਕੇ। ਨਹੀਂ ਜੀ, ਅਜੇ ਤੱਕ ਕੋਈ ਗੌਰ ਨਹੀਂ ਉਹਦਾ, ਮੈਂ ਤੁਹਾਨੂੰ ਕਹਾਂ ਉਹ ਠੀਕ ਹੈ, ਮੈਂ 3-4 ਵਾਰੀ ਮਿਲ ਕੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਂਦੀਆਂ ਨੇ ਗੱਲਾਂ, ਪਰੰਤੂ ਉਹਨਾਂ ਵੱਲੋਂ ਹਰ ਵਾਰ ਇਹੋ ਕਿਹਾ ਜਾਂਦਾ ਵੀ ਅਸੀਂ ਕਰ ਰਹੇ ਹਾਂ। ਅਤੇ ਕਈ ਕਹਿੰਦੇ ਨੇ, ਮੈਂ ਮਤਲਬ ਜਦੋਂ ਮਤਲਬ ਮੈਂ ਜਾ ਕੇ ਮਿਲਦਾ ਤਾਂ ਐਂ ਲੱਗਦਾ ਵੀ ਸ਼ਾਇਦ ਹੋ ਜਾਵੇ, ਹੈ ਨਾ, ਪਰੰਤੂ ਹੋਇਆ ਕੁਛ ਨਹੀਂ ਹਾਲੇ ਤੱਕ। ਪਰ ਇਸ ਨੂੰ ਲੈ ਕੇ ਲੱਗਦਾ ਤੁਸੀਂ ਕਿ ਹੋਰ ਕਿਸੇ ਉਸ ਨੂੰ ਮਿਲੋਗੇ ਜਾਂ ਤਾਂ ਕਿ ਇਹ 'ਚ ਤੇਜ਼ੀ ਲਿਆਂਦੀ ਜਾਵੇ? ਮੈਂ ਤਾਂ ਬੇਟਾ ਐਫਰਟ ਕਰਦੇ ਰਹਿਣਾ, ਹੈ ਨਾ, ਮੈਨੂੰ ਤਾਂ ਜਿੱਥੇ ਕੋਈ ਮਾੜੀ ਜੀ ਵੀ ਕੋਈ ਆਸ ਦਾ ਇੱਕ ਤਿਨਕਾ ਵੀ ਦਿਖਾਈ ਦੇਊਗਾ ਵੀ ਸ਼ਾਇਦ ਜੇ ਮੇਰੇ ਜਾਣ ਉੱਥੇ ਹੋ ਸਕਦਾ, ਮੈਂ ਤਾਂ ਹਰ ਦਰ ਦੇ ਉੱਤੇ ਜਾਂਦਾ ਹੀ ਰਹੂੰਗਾ, ਅਤੇ ਅੱਗੇ ਕੁਛ ਵਾਹਿਗੁਰੂ ਦੇ ਹੱਥ 'ਚ ਹੈ ਕਿੱਦਾਂ ਦਾ ਹੋਣਾ। ਇੱਕ ਜਿਹੜੀ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਵੀ ਜੇਲ੍ਹਾਂ ਦਾ ਇਕੱਲਾ ਪੰਜਾਬ ਦਾ ਹੀ ਸਿਸਟਮ ਇੱਦਾਂ ਦਾ ਨਹੀਂ ਹੈ, ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਦਾ ਵੀ ਰੌਲਾ, ਸੀ ਬੀ ਆਈ ਨੇ ਆਗਿਆ ਮੰਗੀ ਹੈ ਉੱਥੋਂ ਦਾ ਜਿਹੜਾ ਘੁਟਾਲੇ ਦਾ ਪਰਦਾ ਫਾਸ਼ ਕਰਨ ਵਾਸਤੇ,
ਉੱਥੇ ਵੀ ਸਹੂਲਤਾਂ ਦੇਣ ਦੇ ਪੈਸੇ, ਇੰਨੀਆਂ ਵੱਡੀਆਂ ਇੰਨੀਆਂ ਸਖਤ ਜੇਲ੍ਹਾਂ ਦਾ ਇਹ ਹਾਲ ਹੈ, ਤਾਂ ਫਿਰ ਆਪਾਂ ਤਾਂ ਕੀ ਕਿਆਸ ਕਰ ਸਕਦੇ? ਜਿਹੜੀ ਪੰਜਾਬ ਦੀਆਂ ਜੇਲ੍ਹਾਂ ਦਾ ਪਹਿਲੀ ਬਦਨਾਮ ਨੇ ਇਸ ਗੱਲ ਦੇ ਲਈ, ਤਾਂ ਇਹ ਤਾਂ ਕੋਈ ਪਰਮਾਤਮਾ ਅਕਾਲ ਪੁਰਖ ਮਿਹਰ ਕਰੇ, ਹੈ ਨਾ, ਇਹ ਸਿਸਟਮ ਅਪਰਾਧੀਆਂ ਦਾ ਕੋਈ ਨੈਕਸਸ ਹੈ ਜਿਹੜਾ ਟੁੱਟ ਜਾ ਸਕੇ ਕਿਸੇ ਵੀ ਤਰੀਕੇ ਦੇ ਨਾਲ, ਜਦੋਂ ਦੇਸ਼ ਦੀ ਇੰਨੀ ਵੱਡੀ ਏਜੰਸੀ ਵੀ ਇਸ 'ਤੇ ਉਂਗਲ ਚੁੱਕ ਰਹੀ ਹੈ, ਤਾਂ ਤੁਸੀਂ ਦੇਖ ਲਓ ਵੀ ਮਾਹੌਲ ਜੇਲ੍ਹਾਂ ਦਾ ਕਿੰਨਾ ਜ਼ਿਆਦਾ ਖਰਾਬ ਹੈ। ਤਾਂ ਆ ਹੋ ਸਕਦਾ ਜੇ ਗੌਰਮੈਂਟ ਨੇ ਆਗਿਆ ਦੇ ਦਿੱਤੀ ਹੈ ਤਾਂ ਆਉਣ ਵਾਲੇ ਹਫ਼ਤੇ ਦੇ ਵਿੱਚ ਹੋਰ ਖਿਲਾਰੇ ਪੈਣ ਬਾਕੀ ਜੇਲ੍ਹਾਂ ਦੇ ਵੀ। ਠੀਕ ਹੈ ਜੀ, ਧੰਨਵਾਦ। ਧੰਨਵਾਦ।